ਤਾਂ ਦੱਸ ਦੇ ਕਿ ਮੋਬਾਈਲਾਂ ਦੇ ਦੁਕਾਨਦਾਰ ਦੇ ਉੱਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੁਕਾਨਦਾਰ ਤੇ ਇਸ ਹਮਲਾਵਰ ਨੇ ਗੋਲੀਆਂ ਚਲਾ ਦਿੱਤੀਆਂ ਸੀ। ਤਾਂ ਇਸ ਹਮਲਾਵਰ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ। ਤਾਂ ਪਹਿਲਾਂ ਤਾਂ ਇਸ ਹਮਲਾਵਰ ਦੇ ਵੱਲੋਂ ਦੁਕਾਨ ਦੇ ਵਿੱਚ ਗਾਹਕ ਬਣ ਕੇ ਆਇਆ ਜਾਂਦਾ ਹੈ ਤੇ ਮੋਬਾਈਲ ਵੇਖਣ ਲੱਗ ਜਾਂਦਾ ਹੈ, ਜਿਸ ਤੋਂ ਬਾਅਦ ਜਦੇ ਦੁਕਾਨਦਾਰ ਸੜਕ ਤੇ ਹੁੰਦਾ ਹੈ ਤਾਂ ਇਸ ਦੇ ਵੱਲੋਂ ਉਸ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਸਾਹਮਣੇ ਤੋਂ ਆ ਰਿਹਾ ਸ਼ਖਸ ਹੁੰਦਾ ਉਸਦੇ ਵੀ ਗੋਲੀ ਵੱਜਦੀ ਹੈ, ਜਿਸ ਕਾਰਨ ਇਹ ਦੋਨੋਂ ਗੰਭੀਰ ਜ਼ਖਮੀ ਹੋ ਜਾਂਦੇ ਆ। ਤੇ ਪੁਲਿਸ ਲਗਾਤਾਰ ਇਸ ਸੰਬੰਧੀ ਜਾਂਚ ਕਰ ਰਹੀ ਸੀ। ਤਾਂ ਪੁਲਿਸ ਨੇ ਹੁਣ 70 ਤੋਂ 80 ਸ਼ੱਕੀ ਬੰਦਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਪੁੱਛਗਿੱਛ ਜਾਰੀ ਹੈ। ਤਾਂ ਦੱਸ ਦੇ ਕਿ ਇਹ ਖਡੂਰ ਸਾਹਿਬ ਦੀ ਵਾਰਦਾਤ ਹੈ ਜਿੱਥੇ ਪੂਰਾ ਮਾਮਲਾ ਫਿਰੋਤੀ ਦੇ ਨਾਲ ਜੁੜਿਆ। ਤਾਂ ਦੱਸ ਦੇ ਕਿ ਪਹਿਲਾਂ ਤਾਂ ਫੋਨ ਤੇ ਫਿਰੋਤੀ ਮੰਗੀ ਗਈ, ਜਿਸ ਤੋਂ ਬਾਅਦ ਇਹਨਾਂ ਨੇ ਜਦ ਦੇਣ ਤੋਂ ਮਨਾ ਕਰਤਾ ਤਾਂ ਫਿਰ ਦੁਕਾਨ ਤੇ ਆ ਕੇ ਇਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਤਾਂ ਵਾਰਦਾਤ ਦੇ ਵਿੱਚ ਇਹ ਦੁਕਾਨਦਾਰ ਗੰਭੀਰ ਜ਼ਖਮੀ ਹੋ ਜਾਂਦਾ ਹੈ, ਜਦਕਿ ਇੱਕ ਹੋਰ ਸ਼ਖਸ ਹੁੰਦਾ ਹੈ ਉਹ ਵੀ ਇਸ ਵਾਰਦਾਤ ਦੇ ਵਿੱਚ ਗੰਭੀਰ ਜ਼ਖਮੀ ਹੋਇਆ। ਤਾਂ ਪੁਲਿਸ ਦੇ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ, ਪਰ ਇਹ ਤਸਵੀਰ ਸਾਹਮਣੇ ਆਈ ਹੈ ਇਸ ਹਮਲਾਵਰ ਦੀ ਜਿਸਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ। ਤਾਂ ਇਸ ਸੰਬੰਧੀ ਕੋਈ ਵੀ ਜੇਕਰ ਜਾਣਕਾਰੀ ਹੋਵੇ, ਤੁਸੀਂ ਇਸ ਸ਼ਖਸ ਨੂੰ ਵੇਖਿਆ ਹੋਵੇ ਤਾਂ ਪੁਲਿਸ ਨੂੰ ਇਸ ਸੰਬੰਧੀ ਜ਼ਰੂਰ ਜਾਣਕਾਰੀ ਦਿਓ। ਤਾਂ ਦੱਸ ਦੇ ਕਿ ਮੋਬਾਈਲਾਂ ਦੇ ਦੁਕਾਨਦਾਰ ਦੇ ਉੱਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੁਕਾਨਦਾਰ ਤੇ ਇਸ ਹਮਲਾਵਰ ਨੇ ਗੋਲੀਆਂ ਚਲਾ ਦਿੱਤੀਆਂ ਸੀ। ਤਾਂ ਇਸ ਹਮਲਾਵਰ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ। ਤਾਂ ਪਹਿਲਾਂ ਤਾਂ ਇਸ ਹਮਲਾਵਰ ਦੇ ਵੱਲੋਂ ਦੁਕਾਨ ਦੇ ਵਿੱਚ ਗਾਹਕ ਬਣ ਕੇ ਆਇਆ ਜਾਂਦਾ ਹੈ ਤੇ ਮੋਬਾਈਲ ਵੇਖਣ ਲੱਗ ਜਾਂਦਾ ਹੈ, ਜਿਸ ਤੋਂ ਬਾਅਦ ਜਦੇ ਦੁਕਾਨਦਾਰ ਸੜਕ ਤੇ ਹੁੰਦਾ ਹੈ ਤਾਂ ਇਸ ਦੇ ਵੱਲੋਂ ਉਸ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਸਾਹਮਣੇ ਤੋਂ ਆ ਰਿਹਾ ਸ਼ਖਸ ਹੁੰਦਾ ਉਸਦੇ ਵੀ ਗੋਲੀ ਵੱਜਦੀ ਹੈ, ਜਿਸ ਕਾਰਨ ਇਹ ਦੋਨੋਂ ਗੰਭੀਰ ਜ਼ਖਮੀ ਹੋ ਜਾਂਦੇ ਆ। ਤੇ ਪੁਲਿਸ ਲਗਾਤਾਰ ਇਸ ਸੰਬੰਧੀ ਜਾਂਚ ਕਰ ਰਹੀ ਸੀ। ਤਾਂ ਪੁਲਿਸ ਨੇ ਹੁਣ 70 ਤੋਂ 80 ਸ਼ੱਕੀ ਬੰਦਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਪੁੱਛਗਿੱਛ ਜਾਰੀ ਹੈ। ਤਾਂ ਦੱਸ ਦੇ ਕਿ ਇਹ ਖਡੂਰ ਸਾਹਿਬ ਦੀ ਵਾਰਦਾਤ ਹੈ ਜਿੱਥੇ ਪੂਰਾ ਮਾਮਲਾ ਫਿਰੋਤੀ ਦੇ ਨਾਲ ਜੁੜਿਆ। ਤਾਂ ਦੱਸ ਦੇ ਕਿ ਪਹਿਲਾਂ ਤਾਂ ਫੋਨ ਤੇ ਫਿਰੋਤੀ ਮੰਗੀ ਗਈ, ਜਿਸ ਤੋਂ ਬਾਅਦ ਇਹਨਾਂ ਨੇ ਜਦ ਦੇਣ ਤੋਂ ਮਨਾ ਕਰਤਾ ਤਾਂ ਫਿਰ ਦੁਕਾਨ ਤੇ ਆ ਕੇ ਇਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਤਾਂ ਵਾਰਦਾਤ ਦੇ ਵਿੱਚ ਇਹ ਦੁਕਾਨਦਾਰ ਗੰਭੀਰ ਜ਼ਖਮੀ ਹੋ ਜਾਂਦਾ ਹੈ, ਜਦਕਿ ਇੱਕ ਹੋਰ ਸ਼ਖਸ ਹੁੰਦਾ ਹੈ ਉਹ ਵੀ ਇਸ ਵਾਰਦਾਤ ਦੇ ਵਿੱਚ ਗੰਭੀਰ ਜ਼ਖਮੀ ਹੋਇਆ। ਤਾਂ ਪੁਲਿਸ ਦੇ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ, ਪਰ ਇਹ ਤਸਵੀਰ ਸਾਹਮਣੇ ਆਈ ਹੈ ਇਸ ਹਮਲਾਵਰ ਦੀ ਜਿਸਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ। ਤਾਂ ਇਸ ਸੰਬੰਧੀ ਕੋਈ ਵੀ ਜੇਕਰ ਜਾਣਕਾਰੀ ਹੋਵੇ, ਤੁਸੀਂ ਇਸ ਸ਼ਖਸ ਨੂੰ ਵੇਖਿਆ ਹੋਵੇ ਤਾਂ ਪੁਲਿਸ ਨੂੰ ਇਸ ਸੰਬੰਧੀ ਜ਼ਰੂਰ ਜਾਣਕਾਰੀ ਦਿਓ। ਤਾਂ ਦੱਸ ਦੇ ਕਿ ਮੋਬਾਈਲਾਂ ਦੇ ਦੁਕਾਨਦਾਰ ਦੇ ਉੱਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੁਕਾਨਦਾਰ ਤੇ ਇਸ ਹਮਲਾਵਰ ਨੇ ਗੋਲੀਆਂ ਚਲਾ ਦਿੱਤੀਆਂ ਸੀ। ਤਾਂ ਇਸ ਹਮਲਾਵਰ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ। ਤਾਂ ਪਹਿਲਾਂ ਤਾਂ ਇਸ ਹਮਲਾਵਰ ਦੇ ਵੱਲੋਂ ਦੁਕਾਨ ਦੇ ਵਿੱਚ ਗਾਹਕ ਬਣ ਕੇ ਆਇਆ ਜਾਂਦਾ ਹੈ ਤੇ ਮੋਬਾਈਲ ਵੇਖਣ ਲੱਗ ਜਾਂਦਾ ਹੈ, ਜਿਸ ਤੋਂ ਬਾਅਦ ਜਦੇ ਦੁਕਾਨਦਾਰ ਸੜਕ ਤੇ ਹੁੰਦਾ ਹੈ ਤਾਂ ਇਸ ਦੇ ਵੱਲੋਂ ਉਸ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਸਾਹਮਣੇ ਤੋਂ ਆ ਰਿਹਾ ਸ਼ਖਸ ਹੁੰਦਾ ਉਸਦੇ ਵੀ ਗੋਲੀ ਵੱਜਦੀ ਹੈ, ਜਿਸ ਕਾਰਨ ਇਹ ਦੋਨੋਂ ਗੰਭੀਰ ਜ਼ਖਮੀ ਹੋ ਜਾਂਦੇ ਆ। ਤੇ ਪੁਲਿਸ ਲਗਾਤਾਰ ਇਸ ਸੰਬੰਧੀ ਜਾਂਚ ਕਰ ਰਹੀ ਸੀ। ਤਾਂ ਪੁਲਿਸ ਨੇ ਹੁਣ 70 ਤੋਂ 80 ਸ਼ੱਕੀ ਬੰਦਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਪੁੱਛਗਿੱਛ ਜਾਰੀ ਹੈ। ਤਾਂ ਦੱਸ ਦੇ ਕਿ ਇਹ ਖਡੂਰ ਸਾਹਿਬ ਦੀ ਵਾਰਦਾਤ ਹੈ ਜਿੱਥੇ ਪੂਰਾ ਮਾਮਲਾ ਫਿਰੋਤੀ ਦੇ ਨਾਲ ਜੁੜਿਆ। ਤਾਂ ਦੱਸ ਦੇ ਕਿ ਪਹਿਲਾਂ ਤਾਂ ਫੋਨ ਤੇ ਫਿਰੋਤੀ ਮੰਗੀ ਗਈ, ਜਿਸ ਤੋਂ ਬਾਅਦ ਇਹਨਾਂ ਨੇ ਜਦ ਦੇਣ ਤੋਂ ਮਨਾ ਕਰਤਾ ਤਾਂ ਫਿਰ ਦੁਕਾਨ ਤੇ ਆ ਕੇ ਇਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਤਾਂ ਵਾਰਦਾਤ ਦੇ ਵਿੱਚ ਇਹ ਦੁਕਾਨਦਾਰ ਗੰਭੀਰ ਜ਼ਖਮੀ ਹੋ ਜਾਂਦਾ ਹੈ, ਜਦਕਿ ਇੱਕ ਹੋਰ ਸ਼ਖਸ ਹੁੰਦਾ ਹੈ ਉਹ ਵੀ ਇਸ ਵਾਰਦਾਤ ਦੇ ਵਿੱਚ ਗੰਭੀਰ ਜ਼ਖਮੀ ਹੋਇਆ। ਤਾਂ ਪੁਲਿਸ ਦੇ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ, ਪਰ ਇਹ ਤਸਵੀਰ ਸਾਹਮਣੇ ਆਈ ਹੈ ਇਸ ਹਮਲਾਵਰ ਦੀ ਜਿਸਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ। ਤਾਂ ਇਸ ਸੰਬੰਧੀ ਕੋਈ ਵੀ ਜੇਕਰ ਜਾਣਕਾਰੀ ਹੋਵੇ, ਤੁਸੀਂ ਇਸ ਸ਼ਖਸ ਨੂੰ ਵੇਖਿਆ ਹੋਵੇ ਤਾਂ ਪੁਲਿਸ ਨੂੰ ਇਸ ਸੰਬੰਧੀ ਜ਼ਰੂਰ ਜਾਣਕਾਰੀ ਦਿਓ।